18 ਸਤੰਬਰ ਨੂੰ ਸਵੇਰੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਆਦਮਲ ਵਿਖੇ ਵਰਿੰਦਰ ਨਾਂ ਦੇ ਵਿਅਕਤੀ ਦੀ ਉਸਦੇ ਘਰ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ। ਜਾਣਕਾਰੀ ਦਿੰਦੇ SP ਸਰਬਜੀਤ ਸਿੰਘ ਬਾਈਆ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ, ਜਿਸ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਪੁਰਾਣੇ ਮਕਾਨ ਦੀ ਖਾਤਰ ਸਕੇ ਭਤੀਜੇ ਨੇ ਆਪਣੇ ਚਾਚੇ ਦਾ ਸਿਰ ਵਿੱਚ ਡਾਂਗਾ ਮਾਰ ਕੇ ਉਸਨੂੰ ਮੌਤ ਤੇ ਘਾਟ ਉਤਾਰ ਦਿੱਤਾ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਵਾਰਦਾਤ ਵਿੱਚ ਵਰਤੀ ਜਾਨਵਰ ਲਈ ਡਾਂਗ ਵੀ ਰਿਕਵਰ ਕਰ ਲਈ ਗਈ ਹੈ। ਦਸ ਟੈਲੀ ਨਿਊਜ਼ ਦੀ ਰਿਪੋਰਟ। 17-18 ਦੀ ਰਾਤ ਦੇ ਜਿਹੜਾ ਵੱਕੂ ਹੈਗਾ ਸੀ ਸਦਰ ਹੁਸ਼ਿਆਰਪੁਰ ਦੇ ਵਿੱਚ, ਔਰ ਸਾਨੂੰ ਰਿਪੋਰਟਿੰਗ ਮਾਰਨਿੰਗ ਟਾਈਮ ਹੋਇਆ ਸੀਗਾ ਵੀ ਇੱਕ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ, ਔਰ ਇਮੀਡੀਏਟਲੀ SHO ਸਦਰ ਸੋਮਨਾਥ ਜੀ, DSP ਸਿਟੀ ਦੀਪਕਰਨ ਜੀ ਉੱਥੇ ਮੂਵ ਹੋਏ। ਇਹਨਾਂ ਨੇ ਮੌਕੇ ਦੇ ਹਾਲਾਤ ਸੀਨੀਅਰ ਅਫਸਰਾਂ ਦੇ ਧਿਆਨ 'ਚ ਲਿਆਂਦੇ, ਔਰ ਸਾਡੀਆਂ ਵੱਖ ਵੱਖ ਟੀਮਾਂ ਉੱਥੇ ਮੂਵ ਹੋਈਆਂ, ਔਰ ਇਮੀਡੀਏਟਲੀ ਉਹਦੀ ਕਾਰਵਾਈ ਕਰਦੇ ਹੋਏ, ਔਰ ਜਿਹੜਾ ਇਹ ਮਰਨ ਵਾਲਾ ਸੀਗਾ ਆਪਣਾ ਆਦਮਵਾਲ ਪਿੰਡ ਤੋਂ, ਇਹਦਾ ਨਾਂ ਹੈਗਾ ਸੀਗਾ ਵਰਿੰਦਰ, ਔਰ ਇਹਦੇ ਭਤੀਜੇ ਨੇ ਹੀ ਇਹਦਾ ਮਰਡਰ ਕਰ ਦਿੱਤਾ ਸੀਗਾ, ਜਿਹੜਾ ਅਮਨ ਸੰਧੂ ਨਾਂ ਦਾ ਸੀਗਾ। ਔਰ ਜਿਹੜੀ ਇਹਦੀ ਮੇਨ ਸੀਗੀ ਪ੍ਰੋਬਲਮ, ਇਹਨਾਂ ਦੀ ਕੋਈ 4-5 ਮਰਲੇ ਨੂੰ ਲੈ ਕੇ ਇਹਨਾਂ ਦਾ ਡਿਸਪਿਊਟ ਸੀ ਆਪਣੇ ਚਾਚੇ ਦੇ ਨਾਲ, ਔਰ ਇਹਨੇ ਰਾਤ ਨੂੰ ਡਰਿੰਕ ਕੀਤੀ ਹੋਈ ਸੀਗੀ, ਔਰ ਡਰਿੰਕ ਦੌਰਾਨ ਹੀ ਇਹਨੇ ਇੰਨੀ ਕੁ ਜ਼ਿਆਦਾ ਉਹਨੂੰ ਕੁੱਟਮਾਰ ਕੀਤੀ ਕਿ ਉਹਦੀ ਮੌਕੇ 'ਤੇ ਹੀ ਡੈਥ ਹੋ ਗਈ। ਔਰ ਇਮੀਡੀਏਟਲੀ ਅਸੀਂ FIR ਨੰਬਰ ਦਰਜ ਕੀਤੀ 174 103 BNS ਦੇ ਵਿੱਚ, ਜਿਹੜੀ 1:302 ਹੈਗੀ ਹੈ, ਔਰ ਇਸ ਦੋਸ਼ੀ ਨੂੰ ਅਰੈਸਟ ਕੀਤਾ। ਔਰ ਜਿਹੜਾ ਇਹਨੇ ਵਾਰਦਾਤ 'ਚ ਵਰਤਿਆ ਵੈਪਨ ਸੀਗਾ, ਡੰਡਾ ਮੋਟਾ ਹੈਗਾ ਜਿਹੜਾ, ਉਹ ਜਿਹਦੇ ਨਾਲ ਇਹਨੇ ਵਾਰਦਾਤ ਕੀਤੀ ਸੀ ਔਰ ਕਵਰ ਕੀਤਾ, ਔਰ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਆ ਹਾਲੇ ਚੱਲ ਰਹੀ ਹੈ। ਉਹ ਤੋਂ ਚਲਾ ਗਿਆ ਸੀਗਾ, ਨਹੀਂ ਕੋਈ ਇਹੋ ਜਿਹਾ ਕੇਸ ਨਹੀਂ ਹੈਗਾ। ਔਰ ਜਿਹੜੀ ਇਹਦੀ ਰੈਪੂਟੇਸ਼ਨ ਆ ਮੁਹੱਲੇ ਦੇ ਵਿੱਚ, ਇਹ ਡਰਿੰਕਰ ਹੈਗਾ, ਸ਼ਰਾਬ ਸ਼ਰੂਬ ਪੀਂਦਾ ਆਦਿ ਹੈਗਾ, ਔਰ ਉਸ ਦਿਨ ਵੀ ਇਹਨੇ ਪਹਿਲਾਂ ਇਹਨਾਂ ਦਾ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਗੱਲਬਾਤ ਹੋਈ ਸੀ, ਪਰੰਤੂ ਇਹਨੇ ਆਪਣਾ ਹਿੱਸਾ ਦੇ ਚੁੱਕਾ ਸੀ, ਇਹੋ ਜਿਹੀ ਇਹਨਾਂ ਦੀ ਡਿਸਪਿਊਟ ਸੀਗਾ, ਇਹ ਆਪਣਾ ਕਹਿੰਦਾ ਸੀ ਮੇਰਾ ਹੋਰ ਹਿੱਸਾ ਬਣਦਾ। ਮੈਂ ਤੁਹਾਨੂੰ ਉਹੀ ਕਹਿਣਾ ਵੀ ਹਾਲੇ ਇੱਕ ਬੰਦਾ ਅਸੀਂ ਅਰੈਸਟ ਕੀਤਾ ਹੈਗਾ, ਔਰ ਫਰਦਰ ਇਨਵੈਸਟੀਗੇਸ਼ਨ ਕੋਈ ਵੀ ਹੋਵੇ, ਭਰਾ ਹੋਵੇ ਕੋਈ ਹੋਵੇ, ਉਹ ਇਹਦੇ ਚ ਬੁੱਕ ਹੋਊਗਾ। ਡੰਡੇ ਦੇ ਨਾਲ ਮਾਰਿਆ ਸੀ, ਜਿੱਦਾਂ ਮੋਟਾ ਨੀ ਹੁੰਦਾ ਬਾਲਾ ਟਾਈਪ, ਆ ਜਿਸ ਤਰ੍ਹਾਂ ਮੋਟਾ ਡਾਂਗ ਪਈ ਹੈ, ਇਹਦੇ ਨਾਲ ਹੀ ਕੁੱਟ ਕੁੱਟ ਕੇ ਉਹਨੇ ਉਹਨਾਂ ਚਿਰ ਮਾਰੀ ਗਿਆ ਡੰਡੇ, ਜਿੰਨਾ ਚਿਰ ਉਹਦੀ ਬੇਹੋਸ਼ ਨੀ ਹੋ ਗਿਆ ਜਾਂ ਡੈਥ ਨਹੀਂ ਹੋ ਗਈ। ਨਹੀਂ ਹਾਲੇ ਤੱਕ ਸਾਡੇ ਕੋਲ ਦੇਖੋ ਰਿਮਾਂਡ ਤੇ ਹੈਗਾ, ਜੇ ਦੂਜਾ ਨਸ਼ਾ ਕਰਦਾ ਹੁੰਦਾ ਤੁਹਾਨੂੰ ਲੱਗ ਜਾਣਾ ਹੀ ਪਤਾ, ਨਹੀਂ ਕਰਦਾ। Coaching point in IELTS and spoken English. Also expert in study and visitor visa. Government approved. SS Group. Session Chowk, Hoshiarpur.